ਝੋਲਿਆ ਪੁੱਤ ਡੋਲ ਦਾ ਗਿਆ ਹਣਾ ਤੇਰੀ ਓਏ ਆਈ ਕਰਤਾ ਕੀ ਹੋ ਗਿਆ ਖਣਾ ਯਾਰ ਉਹ ਕਿਵੇਂ ਕਿਵੇਂ ਤੇ ਮੈਂ ਮਹਿਸੂਸ ਹੋ ਰਿਹਾ ਤੈਨੂੰ ਸਾਰਾ ਟੱਕਰ ਕਮੈਂਟ ਕੀਤਾ ਕਹਿੰਦਾ ਵੇ ਚੈਲੰਜ ਕਰੋ ਸ਼ਮਸ਼ਾਨ ਘਰ ਚ ਸੋਵੋ ਜਾ ਕੇ ਮੈਂ ਕਿਹਾ ਇੰਨੇ ਜੋਗੇ ਨਹੀਂ ਅਸੀਂ ਹੈਗੇ ਲਓ ਜੀ ਜੂਸ ਨਿਕਲਦਾ ਮੈਂ ਕੱਢ ਮੁੰਡਿਆ ਪੁਦੀਨੇ ਦਾ ਜੂਸ ਆਈ ਇਹ ਤੇ ਹੱਥ ਧੋਤੇ ਹੋਣੇ ਨਾ ਹਰੀ ਆਪਣੇ ਹਾਂ ਬੇ ਹਾਂ ਬੇ ਬਾ ਠੀਕ ਹੈ ਅੱਛਾ ਠੀਕ ਆ ਹੱਥ ਸਹੀ ਟੁੱਟੂ ਥੋੜੀ ਮੰਮੀ ਸਹੀ ਹੈ ਸਹੀ ਥੋੜੀ ਮੰਮੀ ਬੋਲੂਗੀ ਬਾਕੀ ਜੂਸ ਕੱਢ ਲਿਆ ਜੀ ਨਿੰਬੂ ਦਾ ਜੂਸ ਆ ਦੇਖ ਲਓ ਸਾਰਾ ਕੁਝ ਰੀਅਲ ਕਰਨਾ ਅੱਛਾ ਨੂਣ ਪਾ ਨਮਕ ਨਮਕ ਜੀ ਨਮਕ ਤੇ ਇੱਕ ਆ ਗੱਠੇ ਦਾ ਜੂਸ ਕੱਢਣਾ ਪੰਜ ਤਰੀਕੇ ਦਾ ਜੂਸ ਕੱਢਿਆ ਤੁਹਾਨੂੰ ਦੱਸਿਆ ਵਾ ਸ਼ਾਣਾ ਵਾ ਲਓ ਜੀ ਹੈਰੀ ਪਹਿਲਾਂ ਜਲਵਾ ਦਿਖਾਉਣ ਲੱਗਾ ਸਾਨੂੰ ਕਿਹੇ ਸਟਾਰਟ ਨਹੀਂ ਕੀਤਾ ਵਲੌਗ ਆ ਸੁਪਰਮੈਨ ਆ ਚੱਲ ਹਰੀ ਹੋਇਆ ਸ਼ੁਰੂ ਵੀਰ ਥੋੜਾ ਜਿਹਾ ਪੀਣਾ ਮੈਂ ਜਾ ਨਾ ਡਿੰਗ ਧਰਨੀ ਆ ਤੇ ਅੜੀਆਂ ਫਿਰ ਸਾਡਾ ਤੂੰ ਸਾਡਾ ਪੰਜਵਾਂ ਰਸ ਕਹਦਾ ਵੇ ਪਿਆਜ਼ ਦਾ ਜਿਹਦੇ ਨਾਲ ਹੁੰਦਾ ਕਿਹੜੇ ਕਿਹੜੇ ਪੱਤ ਕਿਹਾ ਬੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਨਵੇਂ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਜੇ ਕਿਸੇ ਮੇਰੇ ਭੈਣ ਜਾਂ ਭਰਾ ਨੇ ਹੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਬੈਲ ਔਨ ਕਰ ਲਓ ਤਾਂ ਕਿ ਇਹ ਜੇ ਜਿਹੜੇ ਚੈਨਲ ਵਾਲੇ ਬਲੌਗ ਆਉਂਦੇ ਰਹਿਣਗੇ ਤਾਂ ਤੁਹਾਨੂੰ ਪਹਿਲਾਂ ਵੀਡੀਓ ਆ ਸਕੇ ਤੁਹਾਡੇ ਤੱਕ ਤੇ ਅੱਜ ਦਾ ਚੈਲੰਜ ਹੈ ਜੀ ਆ ਜੂਸ ਆ ਜੀ ਪਿਆਜ਼ ਦਾ ਆ ਨਮਕ ਦਾ ਪਾਣੀ ਜਿਹੜਾ ਘੋਲਿਆ ਹੋਇਆ ਤੇ ਆ ਨਿੰਬੂ ਦਾ ਦੇਖ ਲਓ ਨਿੰਬੂ ਸਾਰਾ ਪਿਓਰ ਆ ਦੇਖ ਲਓ ਘੋਲ ਆ ਗਿਆ ਸਾਰਾ ਪਿਓਰ ਆ ਤੇ ਆ ਲਾਲ ਮਿਰਚ ਆ ਵੀ ਦਿਖਾਓ ਵੀ ਮੁੰਡਿਆ ਪਿਓਰ ਤੇ ਆਹ ਹੈਗਾ ਪੁਦੀਨੇ ਦਾ ਜੀ ਸ਼ਾਹ ਕਾਲਾ ਹਾਂ ਸ਼ਾਹ ਕਾਲਾ ਪੁਦੀਨੇ ਦਾ ਜੀ ਤੇ ਅਸੀਂ ਲੈਣੇ ਆ ਸਮੋਸੇ ਜੀ ਅੱਜ ਦਾ ਚੈਲੰਜ ਸਮੋਸਿਆਂ 'ਚ ਪਹਿਲੇ ਗਲਾਸ ਰੱਖਣਾ ਪੰਜ ਇੱਕ ਦੋ ਤਿੰਨ ਚਾਰ ਪੰਜ ਪੰਜ ਗਲਾਸ ਪੰਜ ਸਮੋਸੇ ਨੇ ਜੀ ਪੰਜ ਗਲਾਸ ਤੁਸੀਂ ਦੇਖਦੇ ਪਏ ਚਾਰ ਚਾਰ ਜਣੇ ਬੈਠੇ ਹੋ ਇੱਕ ਸਾਡਾ ਹੈਗਾ ਬੰਦਾ ਕੈਮਰਾਮੈਨ ਕੈਮਰਾਮੈਨ ਦਿਖਾਓ ਵੀ ਸ਼ਕਲ ਆਪਣੀ ਘੁਮਾਂਗੇ ਇਹ ਚੱਲ ਤੇ ਕੈਮਰਾਮੈਨ ਤੁਸੀਂ ਦੇਖ ਲਿਆ ਸਾਡਾ ਜੀ ਤੇ ਕੈਮਰਾਮੈਨ ਪੰਜ ਕੈਮਰਾਮੈਨ ਦੇ ਨਾਲ ਤੇ ਅਸੀਂ ਪਹਿਲਾਂ ਚਾਰ ਜਣੇ ਕਰਾਂਗੇ ਜਿਹੜਾ ਐਂਡ ਤੇ ਬਚ ਗਿਆ ਚਾਹੇ ਆਹ ਬਚ ਚਾਹਾ ਚਾਹਾ ਚਾਹ ਜਿਹੜਾ ਵੀ ਬਚ ਗਿਆ ਐਂਡ ਤੇ ਉਹ ਕੈਮਰਾਮੈਨ ਕਰੂਗਾ ਤੇ ਬਾਕੀ ਹੁਣ ਕਰੀਏ ਸਟਾਰਟ ਪਰਚੀਆਂ ਆ ਗਈਆਂ ਨੇ ਤੇ ਹੁਣ ਜਿਹਦੀ ਪਰਚੀ ਦਾ ਨਾਮ ਆ ਗਿਆ ਜਿਹੜਾ ਚੱਕੂਗਾ ਪਰਚੀ ਜਿਹੜੇ ਜੂਸ ਦਾ ਉਹਦਾ ਨਾਮ ਆ ਗਿਆ ਜਿਹੜੇ ਉਹ ਚੱਕੀ ਪਰਚੀ ਠੀਕ ਆ ਤੇ ਉਹ ਉਹੀ ਜੂਸ ਸਮੋਸੇ 'ਚ ਪਾ ਕੇ ਪੀਊਗਾ ਉਹ ਅਸੀਂ ਦੱਸਾਂਗੇ ਕਿ ਕਿਵੇਂ ਕਰਨਾ ਸਿੱਟਣ ਲੱਗਿਆ ਪਰਚੀ ਵਨ ਟੂ ਥ੍ਰੀ ਚੱਲ ਵੀ ਹੈਰੀ ਪਹਿਲੀ ਵਾਰੀ ਹੈਰੀ ਆ ਚੱਕ ਵੀ ਮੁੰਡਿਆ ਛੇਤੀ ਕਰ ਪੁਦੀਨੇ ਦਾ ਆ ਗਿਆ ਲਓ ਭਾਈ ਇੱਕ ਸਮੋਸਾ ਲਓ ਜੀ ਸਮੋਸਾ ਆ ਗਿਆ ਮੇਰੇ ਰਾਲਾ ਆ ਗਿਆ ਮੇਰੇ ਮੂੰਹ ਜੀ ਤੇ ਆਹ ਪਰਚੀ ਜਿਹੜੀ ਇਹਦੀ ਸੀ ਪੁਦੀਨੇ ਵਾਲੀ ਉਹ ਆਪਾਂ ਪਲੇਟ ਪਈ ਆ ਤੇ ਸਮੋਸਾ ਪਿਆ ਵਾ ਪਰਚੀ ਸਾਈਡ ਤੇ ਕਰ ਲਓ ਫਿਰ ਹੁਣ ਇਹਨੂੰ ਆਇਆ ਪੁਦੀਨਾ ਆ ਜੂਸ ਇਹਦਾ ਨਾਂ ਤੇ ਜਿਹੜਾ ਇਹਨੇ ਕੱਢਿਆ ਵਾ ਹਮੇ ਤੋਂ ਲਾ ਕੇ ਸੋਚੋਗੇ ਇਹ 'ਚ ਕਿਵੇਂ ਕਿਵੇਂ ਪਾਊਗਾ ਇਹ ਆਪਾਂ ਕੱਢਦੇ ਹਾਂ ਇਹਨੂੰ ਖੋਲੋ ਲਓ ਜੀ ਇਕੱਲੀ ਆਹੀ ਡੱਬੀ ਜੀ ਆ ਤੇ ਹੁਣ ਅਸੀਂ ਭਰਨਾ ਇਹਦੇ ਵਿੱਚ ਹਾਂ ਵੀ ਹੈਰੀ ਠੀਕ ਆ ਭਰ ਲਿਆ ਜੀ ਤੇ ਹੁਣ ਆਹ ਦੇਖੋ ਜੀ ਟੀਕਾ ਲੱਗ ਗਿਆ ਸਮੋਸੇ ਨੂੰ ਬਿਨਾ ਸਰਿੰਜਾ ਦੋ ਸਰਿੰਜਾ ਭਰਨੀਆਂ ਇਹ ਤਾਂ ਨਾਰਮਲ ਹੋ ਗਿਆ ਨਾ ਦੋ ਸਰਿੰਜਾ ਤਾਂ ਭਰਨੀਆਂ ਚਾਹੀਦੀਆਂ ਨੇ ਬੰਦੇ ਨੂੰ ਆਹ ਦੋ ਆਉਣਗੇ ਓਹੋ ਸਮੋਸਾ ਲੀਕ ਹੋ ਗਿਆ ਛੱਡ ਦੋ ਮੈਨੂੰ ਹੁਣ ਚੱਲ ਵੀ ਹੈਰੀ ਲੈ ਵੀ ਹੈਰੀ ਪਲੇਟ ਦੇ ਵਿੱਚ ਖਾਣਾ ਵਾ ਟੂ ਥਰੀ ਉਹ ਆਰਾਮ ਨਾਲ ਖਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵਾ ਲੱਗਦਾ ਪਿਆ ਕੀ ਯਾਰ ਕੁੱਤਿਆਂ ਵਾਲਾ ਖਾਣਾ ਇਹ ਵੀ ਜ਼ਿੰਦਗੀ ਹੁੰਦੀ ਹੈ ਇਹ ਜਿਹਦਾ ਕੁੱਤਿਆਂ ਨੂੰ ਕੁੱਤਿਆਂ ਵਾਲਾ ਹੀ ਮਿਲਦਾ ਹੁੰਦਾ ਵੀਰੇ ਖਾ ਖਾ ਸਾਰਾ ਖਾਣਾ ਇਹ ਹੌਲੀ 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 ਨਾਲੇ ਖਾਈ ਜਾਂਦਾ ਵਾ ਨਾਲੇ ਕੁੱਤਿਆਂ ਵਾਲਾ ਖਾਣਾ 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 ਤਾਂ ਪੈਣਾ ਸਮੋਸਾ ਪੈਸੇ ਖਰਚੇ ਖਾ ਖਾ ਖਾਣਾ 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 ਖਾਣਾ
ਖਾਲਾ ਖਾਣਾ ਕਾਹੀ ਖਾਣੇ ਲਓ ਜੀ ਇੱਕ ਜਣਾ ਸਾਡਾ ਡਨ ਹੋ ਗਿਆ ਬਹਿ ਜਾ ਮੁੰਡੇ ਆ ਕੇ ਤੇ ਪਲੇਟਾਂ ਸਾਡਾ ਦੋ ਨੇ ਇਸ ਲਈ ਪਲੇਟਾਂ ਨਾਲੇ ਧੋਈ ਧੋਈ ਜਾਂਦੇ ਆ ਜੀ ਤੇ ਗਲਾਸ ਵੀ ਧੋ ਲਿਆਂ ਤਾਂ ਸਰ ਕਰਾਂ ਦੋ ਗਲਾਸ ਤੇ ਹੈਰੀ ਕਿਵੇਂ ਦਾ ਮਹਿਸੂਸ ਹੋ ਰਿਹਾ ਬੜਾ ਮਾੜਾ ਯਾਰ ਬੜਾ ਮਾੜਾ ਸਮੋਸਾ ਤੋਂ ਸਾਰਾ ਖਾ ਗਿਆ ਸਮੋਸਾ ਕਹਿ ਰਿਹਾ ਸੀਗਾ ਜਿਹੜਾ ਫਲੇਵਰ ਬਣਾਇਆ ਚਲੋ ਜੀ ਇਹਨੂੰ ਸਿਰ ਤੇ ਰੱਖ ਲਿਆ ਹੁਣ ਦੇਖਦੇ ਹਾਂ ਚਾਰ ਨੇ ਹੁਣ ਤਿੰਨ ਅਸੀਂ ਬੈਠੇ ਇੱਕ ਸਾਡਾ ਕੈਮਰਾਮੈਨ ਇਹਨੂੰ ਕੈਮਰਾ ਫੜਾ ਨਹੀਂ ਸਕਦੇ ਕਿਉਂਕਿ ਡੋ ਡਾਫਾ ਡੋਲ ਹੋ ਜਾਣਾ ਤੇ ਹੁਣ ਪਰਚੀ ਪਾਉਂਦੇ ਹਾਂ ਜੀ ਦੇਖਦੇ ਹਾਂ ਕਿਹਦਾ ਨਾਮ ਨਿਕਲਦਾ ਰੈਡੀ ਹੋ 1 2 3 ਚੱਕ ਵੀ ਮੁੰਡਿਆ ਪਿਆਜ਼ ਪਾਣੀ ਆਇਆ ਇਹਦੀ ਪਰਚੀ ਆਪਾਂ ਦਿੰਦੇ ਹਾਂ ਸਮੋਸਾ ਲੈ ਕੇ ਪਿੱਛੋਂ ਆਪਰੇਸ਼ਨ ਕਰਾਂਗੇ ਜੀ ਆਪਰੇਸ਼ਨ ਇਹਦਾ ਪਿੱਛੋਂ ਹੋਊਗਾ ਇਹਨੂੰ ਭਰ ਲਈਏ ਬੋਤਲਾਂ ਲੱਗਦੀ ਪਈਆਂ ਨੇ ਮੇਰੇ ਮਿੱਤਰੋ ਪਿਆਜ਼ ਦੀ ਬਹੁਤ ਚੱਲ ਚੱਲ ਕੋਈ ਬਹੁਤ ਚੈਨਲ ਦੇਖਦਾ ਪਿਆ ਵਾ ਜਿਹੜਾ ਮੇਰਾ ਵੀਰ ਮੇਰੀ ਭੈਣ ਨਵਾਂ ਆਇਆ ਵਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨੋਟੀਫਿਕੇਸ਼ਨ ਬੈਲ ਜ਼ਰੂਰ ਆਨ ਕਰਿਓ ਬਾਕੀ ਇਹ ਦੇਖਦੇ ਪਿਓ ਕੀ ਹਾਲ ਹੋ ਰਿਹਾ ਸਾਡੇ ਬੰਦਿਆਂ ਦਾ ਠੰਡੇ ਦੀ ਬੋਤਲ ਲੈ ਕੇ ਦਿੰਦੇ ਤੈਨੂੰ ਮਾਜੇ ਦੀ ਹੈਨਾ ਫਿਰ ਠੀਕ ਲੱਗੂਗਾ ਠੰਡੇ ਦੀ ਬੋਤਲ ਲਿਆ ਬਜਟ ਨਹੀਂ ਸਾਡਾ ਹੈਗਾ ਏਦਾਂ ਸ਼ਾਬਾਸ਼ ਸ਼ਾਬਾਸ਼ ਯਾਰ ਮਾਮਾ ਇਹ ਤਾਂ ਫਿਰ ਸੌਖਾ ਸੀਗਾ ਇਹ ਪਿਆਜ਼ ਤੇ ਪੁਦੀਨੇ ਦਾ ਜੀ ਆਹ ਦੇਖੋ ਜਿਹੜਾ ਆਹ ਪਿਆ ਨਿੰਬੂ ਪਾਣੀ ਲਾਲ ਮਿਰਚਾਂ ਪਈਆਂ ਨੇ ਤੇ ਸਭ ਤੋਂ ਭਿਆਨਕ ਜਿਹੜਾ ਆਹ ਜਿਵੇਂ ਸੈੱਟ ਆ ਜੀ ਇਹ ਬੜਾ ਔਖਾ ਨੀਗਾ ਨਮਕ ਵਾਲਾ ਇਹ ਦੂਜੇ ਗਲਾਸ ਸੈੱਟ ਕਰ ਦੋ ਹਾਂਜੀ ਬਸ ਬਸ ਨੀ ਵੀਰੇ ਬਸ ਨੀ ਜਾਣੇ ਬਸ ਛੇਤੀ ਕਰ ਮੇਰਾ ਵੀਰ ਜਲਦੀ ਕਰ ਥੋੜ੍ਹਾ ਜਿਹਾ ਲਓ ਜੀ ਅਸੀਂ ਬੱਚਿਆ ਤਿੰਨ ਜਣੇ ਤੇ ਤਿੰਨ ਗਲਾਸ ਤੇ ਪਰਚੀਆਂ ਦੋ ਭਾਈ ਇਹ ਚਲੋ ਜੀ ਤੇ ਹੁਣ ਪਰਚੀ ਚੱਕਦੇ ਆ ਜੂਏ ਤੂੰ ਚੱਕ ਵੀਰੇ ਤੂੰ ਨੀ ਮੇਰੇ ਤੂੰ ਚੋਰ ਕੀ ਬੀਬੀ ਬੈਠੀ ਥੀ ਜੂੜਾ ਕਰਕੇ ਬੈਠੀ ਥੀ ਚਾਏ ਗਰਮ ਕਾਫੀ ਗਰਮ ਪੀਣੇ ਵਾਲਾ ਬੇਸ਼ਰਮ ਚੱਕਲਾ ਵੀ ਇੱਧਰ ਆਉਣਾ ਇੱਧਰ ਇਹਦਾ ਆਪਰੇਸ਼ਨ ਕਰੂਗਾ ਜੂਆ ਲਓ ਵੀਰ ਜੀ ਖਰਾਬ ਕਰ ਦੇਣਾ ਨਹੀਂ ਕਰਦਾ ਆਲੋ ਭਾਜੀ ਨਹੀਂ ਹੌਸਲਾ ਰੱਖ ਹੌਸਲਾ ਪੂਰਾ ਭਰਨਾ ਅੱਧਾ ਭਰਿਆ ਡੈਡੀ ਉੱਤੇ ਕਰਕੇ ਨਾ ਐਂ ਕਰਕੇ ਐਂ ਚੱਕ ਉੱਤੇ ਕਰ ਇਹਨੂੰ ਮੜਿਆ ਹੌਲੀ 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 ਹਾਂ ਹਾਂ ਜਾਣ 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 ਹੌਲੀ 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 ਜਾਣ ਜਾਣ ਇਹ ਬਾਸ ਹੁਣ ਭਰ ਦੇ ਨਾ ਨਾ ਸਿੰਘ ਨਹੀਂ ਰਾਜ ਇਹ ਚਲੋ ਜੀ ਚੱਲ ਜਾਣ ਦੇ ਮੁੰਡਿਆ ਆਪਰੇਸ਼ਨ ਹਾਂ ਜਾਣ ਦੇ ਮੁੰਡਿਆ ਖਾਣਾ ਤਾਂ ਪੈਣਾ ਬਦਲਾ ਲਾ
ਕਲਿਪ ਕੱਟ ਕੇ ਲਾ ਰਿਹਾ ਕਿ ਭਾਈ ਖਾ ਲਾ ਹੋਰ ਵੀ ਬਲੌਗ 50 ਮਿੰਟ ਦਾ ਨੀ ਕਰਨਾ ਸਬਜ਼ੀ ਕੁਛ ਨੀ ਕੱਢਣਾ ਖਤਮ ਹੋ ਗਿਆ ਜੀ ਜਾ ਮੁੰਡਿਆ ਪਾਣੀ ਪੂਣੀ ਪੀਆ ਆਇਓ ਜੀ ਹੁਣ ਸਾਡੇ ਦੋਨਾਂ ਦੇ ਆ ਗਈ ਗੱਲ ਨਤਾ ਜੂਏ ਦੇ ਤੇ ਰਹਿ ਗਿਆ ਪਿਆਜ਼ਾਂ ਦਾ ਪਾਣੀ ਤੇ ਨਮਕ ਦਾ ਪਾਣੀ ਓ ਸੋਰੀ ਨਮਕ ਨਮਕ ਦਾ ਪਾਣੀ ਤੇ ਪਿਆਜ਼ ਛੱਟੀਏ ਵੀ ਮੁੰਡਿਆ ਲਓ ਜੀ ਹੁਣ ਚੱਕਦਾ ਮੈਂ ਚੱਕਦਾ ਆ ਚੱਕਾਂਗੇ ਚੱਕਾਂ ਨਮਕ ਲਓ ਜੀ ਮੈਨੂੰ ਆ ਗਿਆ ਨਮਕ ਸਾਰੇ ਜਣੇ ਗਵਾਹ ਨੇ ਇਹਦੇ ਬਿਲਕੁਲ ਸਨ ਤੇ ਇਸ ਵੀਰ ਦੀ ਬੱਸ ਬਹੁਤ ਆਉਣੀ ਆ ਤੇ ਰੈਡੀ ਰਹੇ ਬਾਈ ਦਿਲ ਦੀ ਪੂਰੀ ਹੋ ਗਈ ਮੇਰੀ ਮਰੀਦ ਸਮੋਸਾ ਮਰੀਦ ਹੁੰਦੀ ਹੈ ਬੜਾ ਹੁੰਦਾ ਹੈ ਬੜਾ ਮਿੰਨਾ ਮਗਨਾਂ ਦਾ ਕੋਈ ਅਸਰ ਨਹੀਂ ਹੋਣਾ ਦੇਖੋ ਇੱਕ ਸਾਡੇ ਕੋਲ 5 ਆਈਟਮਾਂ ਸੀਗੀਆਂ 5 ਆਈਟਮਾਂ 'ਚ ਨਮਕ ਇੱਕ ਹਲਕੀ ਜਿਹੀ ਆਈਟਮ ਸੀ ਜਿਸ 'ਚ ਕੋਈ ਮਤਲਬ ਚੱਕਰ ਹੀ ਨਹੀਂ ਪਾਣਾ ਸੀਗਾ ਹਨਾ ਨਮਕ ਨਾਲ ਬੜਾ ਤਖਰ ਦਾ ਕਰਦੀ ਆ ਪਰ ਨਮਕ ਹੈ ਬਹੁਤ ਆ ਲੈ ਮੁੰਡਿਆ ਮੈਂ ਹੀ ਪਾ ਦਿੰਦਾ ਮੈਨੂੰ ਡਰ ਹੀ ਹੈ ਨੀ ਕਿਉਂਕਿ ਦੂਜਾ ਮੈਂ ਥੱਲੇ ਸੇਵ ਲਈ ਕੋਈ ਕਰਤਾ ਸਾਰਾ ਸਾਰਾ ਬਾਹਰ ਕਰਤਾ ਨਮਕ ਨਮਕ ਜਿਹਾ ਅਸਰ ਹੋਇਆ ਝੂਠ ਨਹੀਂ ਬੋਲਣਾ ਆਂਦੇ ਜੂਏ ਦੇ ਟੈਨਸ਼ਨ ਪਈ ਪਈ ਆ ਤੂੰ ਟੈਨਸ਼ਨ ਲੈ ਉਹਦਾ ਤਾਂ ਹੋਰ ਸਵਾਦ ਲੱਗਿਆ ਸੌਖਾ ਮੇਰਾ ਸਵਾਦ ਕਿੱਦਾਂ ਦਾ ਹੋਇਆ ਨਮਕ ਦਾ ਸਵਾਦ ਬਸ ਨਮਕ ਥੋੜਾ ਬਹੁਤਾ ਥੋੜੇ ਜਿੰਨਾ ਨਹੀਂ ਜਾਂਦੀ ਪੰਗਾ ਪੈ ਰਿਹਾ ਕਿਉਂਕਿ ਪੰਜ ਆਈਟਮਾਂ ਚੋਂ ਨਾ ਇੱਕ ਆਈਟਮ ਹਲਕੀ ਰੱਖੀ ਸੀ ਨਮਕ ਹੀ ਕਿਉਂ ਜਾਣੇ ਇਹਨੂੰ ਆ ਜਾਊਗਾ ਪਰ ਉਹ ਮੈਨੂੰ ਆ ਗਿਆ ਵਧੀਆ ਬੰਦੇ ਨੂੰ ਬਚ ਗਿਆ ਵਧੀਆ ਬੱਚੇ ਲੈ ਆਜ ਮੁੰਡਿਆ ਸਮੋਸਾ ਇਹਦਾ ਮੂੰਹ ਦੇਖ ਲਓ ਜੀ ਪਹਿਲਾਂ ਸਾਰੇ ਜਾਣੇ ਅਤੇ ਆਪਾਂ ਹੁਣ ਲਾਸਟ ਚੈਲੇਂਜ ਮਿਰਚਾਂ ਹਾਲ ਦੇਖ ਲਓ ਮਿਰਚਾਂ ਦਾ ਬਾਈ ਮੁੰਡੇ ਨਾਲ ਵਧੀਆ ਆੜੀ ਆ ਮਿਰਚਾਂ ਦੀ ਪਹਿਲਾਂ ਘੋਲ ਦੀ ਚੰਗੀ ਤਰ੍ਹਾਂ ਘੋਲ ਨਾ ਨਾ ਚੰਗੀ ਤਰ੍ਹਾਂ ਘੋਲ ਲਈਏ ਜੇ ਤੂੰ ਆ ਖਾ ਗਿਆ ਨਾ ਸਮੋਸਾ ਤਾਂ ਨਗੋਰ ਹੁੰਦੀ ਆ ਹੁਣ ਤਾਂ ਬਾਈ ਛੇਰੇ ਬਣ ਗਿਆ ਸਮੋਸੇ ਤੇ ਮੰਨਿਆ ਜੀ ਹੋਰ ਇਹਨੂੰ ਸਮੋਸਾ ਹੋਰ ਇੱਧਰ ਮੂਹਣਾ ਕਰ ਉਹ ਬਾਰ ਬਾਰ ਨਹੀਂ ਸੁੱਟਣਾ ਯਾਰ ਉਹ ਬਸ ਵਾਹੀ ਕਰਦਾ ਉਹ ਨਾ ਆ ਕਿ ਦੇਖ ਕੇ ਲੱਗਣਾ ਪੁੱਤ ਥੋੜਾ ਰਹਿ ਗਿਆ ਬਸ ਵੀਰੇ ਲਓ ਜੀ ਸਾਡੇ ਮੁੰਡੇ ਨੇ ਖਾ ਲਿਆ ਕਿਵੇਂ ਕਿਵੇਂ ਤਾਂ ਮੈਂ ਮਹਿਸੂਸ ਹੋ ਰਿਹਾ ਤੈਨੂੰ ਸਾਰਾ ਬਾਕੀ ਜੇ ਸਾਡੇ ਕੋਈ ਚੈਨਲ ਤੇ ਨਵਾਂ ਆਇਆ ਸੀ ਸੱਜਣ ਮੇਰਾ ਭਰਾ ਮੇਰੀ ਭੈਣ ਤਾਂ ਚੈਨਲ ਸਬਸਕ੍ਰਾਈਬ ਕਰ ਦੇਵੇ ਤੇ ਨੋਟੀਫਿਕੇਸ਼ਨ ਜਾਂ ਪਾਣੀ ਪੁਣੀ ਪੀਆ ਜਾਂ ਬੰਦਾ ਜਾਂ ਪਿਆ ਤੇ ਆਪਾਂ ਦਲ ਦਾ ਇੱਕ ਜ਼ਰੂਰ ਦੱਬ ਦੂ ਤੇ ਆਪਾਂ ਮਿਲਦੇ ਹਾਂ ਨਵੇਂ ਬਲੌਗ ਜਾਂ ਨਵੇਂ ਚੈਲੇਂਜ ਨਾਲ ਤੇ ਉਦੋਂ ਤੱਕ ਆਪਣਾ ਤੇ ਆਪਣੀ ਫੈਮਿਲੀ ਦਾ ਧਿਆਨ ਰੱਖਿਓ ਸਾਰਿਆਂ ਨੂੰ ਟਾਟਾ ਸੀ ਯੂ ਬਾਏ ਤੇ ਕਮੈਂਟ ਵਿੱਚ ਜ਼ਰੂਰ ਦੱਸ ਦਿਓ ਹਾਂ ਕਿਹੜਾ ਬਲੌਗ ਹੈ ਚੈਲੇਂਜ ਕਿਹੜਾ ਆਵੇ ਇੱਕ ਨੇ ਲਿਖਿਆ ਸੀਗਾ ਕਮੈਂਟ 'ਚ ਕਿ ਉੱਥੇ ਜਾਓ ਉਹ ਮੜੀਆਂ ਹੁੰਦੀਆਂ ਨੇ ਕੀ ਹੁੰਦੀਆਂ ਸ਼ਮਸ਼ਾਨ ਘਾਟ ਚ ਸੋਵੋ ਜਾ ਕੇ ਮੈਂ ਕਿਹਾ ਇੰਨੇ ਜੋਗੇ ਨੀ ਅਸੀਂ ਹੈਗੇ
बाकी आप मिलते हैं अगले ब्लॉग ची उदा अपना ध्यान रखियो। सी यू टाटा टमारो सी यू हैव नेक्स्ट।